ਪੰਗਲ ਕਰਨੀਆਂ ਮੈਸਕੁਲਿਨਿਟੀ ਦੀ ਤੇ ਕਿਦਾਂ ਅੱਜਕੱਲ ਮੈਸਕੁਲਿਨਿਟੀ ਦੇ ਉੱਤੇ ਇੱਕ ਜੰਗ ਛਿੜੀ ਹੋਈ ਆ ਆਪੋਜੀਸ਼ਨ ਵੱਲੋਂ ਕਹਲੋ ਜਾਂ ਕੁੜੀਆਂ ਵੱਲੋਂ ਕਹਲੋ ਜਾਂ ਏਜੰਸੀਜ਼ ਵੱਲੋਂ ਕਹਲੋ ਕਿਉਂਕਿ ਜਿਹੜੀ ਮੈਸਕੁਲਿਨਿਟੀ ਆ ਤੁਹਾਨੂੰ ਵੀ ਪਤਾ ਵਾ ਕਿ ਉਹ ਇੱਕ ਇਨਸਾਨ ਨੂੰ ਇੱਕ ਮੁੰਡੇ ਨੂੰ ਸਟਰੋਂਗ ਬਣਾਉਂਦੀ ਆ ਜਿਹੜੇ ਸਟਰੋਂਗ ਮੁੰਡੇ ਆ ਜਿਹੜੇ ਤਾਕਤਵਰ ਮੁੰਡੇ ਆ ਉਹ ਕੰਟਰੋਲ ਕਰਨੇ ਬਹੁਤ ਔਖੇ ਆ ਅੱਜਕੱਲ ਜੇ ਕੋਈ ਮੁੰਡਾ ਜਾਂ ਕੋਈ ਬੰਦਾ ਮੈਸਕੁਲਿਨਿਟੀ ਦੀ ਗੱਲ ਕਰਦਾ ਵਾ ਉਹਨੂੰ ਵੈਸਟਰਨ ਵਰਲਡ ਦੇ ਵਿੱਚ ਬਾਲਾ ਵਧੀਆ ਨਹੀਂ ਮੰਨਿਆ ਜਾਂਦਾ ਉਹਨੂੰ ਟੌਕਸਿਕ ਮੈਸ ਕਿ ਜੇ ਕੋਈ ਬੰਦਾ ਮੈਸਕੁਲਿਨਿਟੀ ਦੀ ਗੱਲ ਕਰਦਾ ਵਾ ਵੈਸਟਰਨ ਵਰਲਡ ਦੇ ਵਿੱਚ ਉਹਨੂੰ ਕਹਿ ਦਿੰਦੇ ਆ ਕਿ ਤੂੰ ਟਾਕਸਿਕ ਆ ਹੁਣ ਜਿਹੜੇ ਰੋਲ ਆ ਇੱਕ ਫੀਮੇਲ ਦਾ ਤੇ ਮੇਲ ਦਾ ਦੋਵੇਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਆ ਪਰ ਜੇ ਆਪਾਂ ਹੁਣ ਕਿਆ ਦੀਏ ਜਦੋਂ ਕਿ ਸਭ ਕੁਝ ਬਣ ਚੁੱਕਾ ਵਾ ਆਪਣੇ ਆਲੇ ਦੁਆਲੇ ਬਿਲਡਿੰਗਾਂ ਬਣ ਗਈਆਂ ਪੌਲ ਬਣ ਗਏ ਆ ਜਾਜਾਂ ਦੇ ਇਨਵੈਂਸ਼ਨ ਹੋ ਗਏ ਆ ਘਾਰਾਂ ਬਣ ਗਏ ਆ ਜਿਹੜੀਆਂ ਮੇਨ ਚੀਜ਼ਾਂ ਚਾਹੀਦੀਆਂ ਇਸ ਸਿਵਲਾਈਜੇਸ਼ਨ ਨੂੰ ਚਲਾਉਣ ਵਾਸਤੇ ਇਸ ਦੁਨੀਆ ਨੂੰ ਚਲਾਉਣ ਵਾਸਤੇ ਉਹਨਾਂ ਦੀ ਕਾਰਡ ਨਿਕਲ ਚੁੱਕੀ ਆ ਸਾਰਾ ਕੁਝ ਰਨ ਹੋਣ ਡਿਆ ਵਾ ਯਾਨ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਸੀਗੀਆਂ ਉਹ ਬਣ ਚੁੱਕੀਆਂ ਵਾ ਇਹ ਕਹਣਾ ਸੌਖਾ ਵਾ ਕਿ ਜਿਹੜਾ ਬੰਦਾ ਵਾ ਉਹ ਟੌਕਸਿਕ ਆ ਜੇ ਉਹ ਮਾਸਕੁਲਨ ਹੁਣ ਮਾਸਕੁਲਨ ਬੰਦਾ ਬਣਦਾ ਕਿੱਦਾਂ ਵਾ ਜਦੋਂ ਤੁਹਾਡੇ ਵਿੱਚ ਟੈਸਟੋਸਟ੍ਰੋਨ ਆ ਜਿਹੜਾ ਹਨ ਤੁਹਾਨੂੰ ਪਤਾ ਹਾਰ ਉਦੀ ਮਾਤਰਾ ਵੈਲਿਊ ਜਿਆਦੀ ਹੁੰਦੀ ਆ ਪਰ ਅੱਜ ਕੱਲ ਉਹ ਡਿਕਲਾਈਨ ਤੇ ਆ ਮੁੰਡਿਆਂ ਦੇ ਵਿੱਚ ਹੁਣ ਤੁਸੀਂ ਆਪਣੇ ਆਲੇ ਦੁਆਲੇ ਵੇਖ ਲਓ ਆਪਣੀ ਕਮਿਊਨਿਟੀ ਦੇ ਵਿੱਚ ਕਿੰਨੇ ਲੋਕੀ ਆ ਜਿਨ੍ਹਾਂ ਦੇ ਮੈਨਬੋਡ ਬੋਡੀ ਫੈਟ ਉਹਨਾਂ ਨੇ ਆਪਣੀ ਇੰਨੀ ਵਧਾਈ ਹੋਈ ਆ ਤੇ ਸੋਸਟਰਨ ਦੇ ਲੈਵਲ ਡ੍ਰੋਪ ਹੋਣ ਡਿਆ ਆਪਣੀ ਜਨਰੇਸ਼ਨ ਦੇ ਵਿੱਚ ਤੇ ਇਹਦੇ ਨਾਲ ਹੋ ਕੀ ਰਿਹਾ ਵਾ ਜਿਹੜਾ ਬੰਦਾ ਵਾ ਉਹ ਵੀਕ ਹੋਣ ਡਿਆ ਵਾ ਹੋਰ ਤੇ ਹੁਣ 2023 ਚੜ ਚੁੱਕਾ ਵਾ ਹੁਣ ਆਪਾਂ ਨੂੰ ਦੱਸਿਆ ਜਾਂਦਾ ਵਾ ਵੈਸਟਰਨ ਵਰਲਡ ਦੇ ਵਿੱਚ ਕੀ ਮੈਸਕੁਲਿਨਿਟੀ ਦੀ ਜ਼ਰੂਰਤ ਨਹੀਂ ਹੈਗੀ ਕੋਈ ਗੱਲ ਨਹੀਂ ਜਿੱਦਾਂ ਹਨਾ ਸੋਏ ਬੋਏ ਕਹਲੋ ਜਾਂ ਕੀ ਸੌਫਟ ਹੋ ਕੇ ਚੱਲੋ ਪਾਰ ਜੇ ਆਪਾਂ ਫੀਮੇਲ ਸਾਈਡ ਦੀ ਗੱਲ ਕਰੀਏ ਕੁੜੀਆਂ ਦੇ ਪਾਸੇ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ ਕਿਸੇ ਵੀ ਕੁੜੀ ਨੂੰ ਫਰੈਂਡ ਨਹੀਂ ਕਰਨ ਦੀ ਕੋਸ਼ਿਸ਼ ਕਰਨੀ ਜਦੋਂ ਆਪਾਂ ਕੁੜੀਆਂ ਦੀ ਗੱਲ ਕਰਦੇ ਹਾਂ ਉਹ ਸਾਨੂੰ ਜਿਹੜੇ ਜਾਦੇ ਮੁੰਡੇ ਮੈਸੇਜ ਕਰਦੇ ਆ ਜਾਂ ਕਮੈਂਡ ਕਰਦੇ ਆ ਉਹਨਾਂ ਨੂੰ ਅਸੈਂਪ ਕਹਿ ਦਿੰਦੀਆਂ ਵਾ ਤੇ ਜਿਹੜੇ ਮੁੰਡੇ ਥੋੜੇ ਸਟਰੋਂਗ ਆ ਮੈਂਟਲੀ ਫਿਜ਼ਿਕਲੀ ਹਨਾ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਕੁਝ ਕੀਤਾ ਹੋਇਆ ਵਾ ਜਿਨ੍ਹਾਂ ਦੀ ਲਾਈਫ ਕਹ ਲਓਗੇ ਟੁਗੇਦਰ ਆ ਜਾਂ ਉਹਨਾਂ ਕੋ ਰਿਸੋਰਸਸ ਹੈਗੇ ਆ ਜਿਹੜਾ ਮੁੰਡਾ ਵਾ ਉਹ ਫੋਰ ਐਗਜ਼ਾਮਪਲ ਹਨਾ ਰੇਟਿੰਗ ਤੇ ਗੱਲ ਕਰਦੇ ਆ ਆਪਾਂ ਕਿ ਜੇ ਇੱਕ ਮੁੰਡਾ 10 ਚੋਂ ਨੂੰ 9 ਨ ਕੁੜੀ ਨੂੰ 6 ਮਿੰਟ ਡੇ ਆ ਕੁੜੀ ਨੂੰ ਮੁੰਡੇ ਮੈਸੇਜ ਕਰਨ ਦੇ ਜਿਹੜੇ 5 ਆ ਜਾਂ 6 ਆ ਤੇ ਉਹ ਕੁੜੀ ਨੇ ਉਹਨਾਂ ਨੂੰ ਕਹਿ ਦੇਣਾ ਉਹ ਸਿੰਪ ਪਿਆ ਪਰ ਜਿਹੜਾ ਉਹ ਮੁੰਡਾ ਜਿਹਨੂੰ 9 ਨੰਬਰ ਮਿਲੇ ਆ 10 ਚ ਹੁਣ ਤੁਸੀਂ ਐਕਸਪੈਕਟ ਕਰ ਸਕਦੇ ਆ ਕਿ ਆਫ ਕੋਰਸ ਜੇ ਮੁੰਡਿਆਂ ਨੂੰ ਉਹਨਾਂ ਦੇ ਰਿਸੋਰਸਸ ਦੇ ਬੇਸਿਸ ਤੇ ਜੱਜ ਕੀਤਾ ਜਾਂਦਾ ਵਾ ਕਿ ਉਸ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਕੀਤਾ ਕੀ ਆ ਜਾਂ ਹਾਸਲ ਕੀਤੀ ਤਾ ਉਹਦੀਆਂ ਅਚੀਵਮੈਂਟਸ ਕੀ ਆ ਉਹਦਾ ਸੋਸ਼ਲ ਸਰਕਲ ਜਿਹੜਾ ਕਿਦਾਂ ਦਾ ਉਹਦਾ ਸਟੇਟਸ ਕੀ ਆ ਕਿੰਨੇ ਲੋਕੀ ਉਹਨੂੰ ਜਾਣਦੇ ਆ ਉਹਦੇ ਕੋ ਕਾਰਾਂ ਕਿਹੜੀਆਂ ਉਹਦੇ ਘਰ ਕਿੰਨੇ ਆ ਹਣਾ ਉਦ ਕੋ ਐਸੈਟਸ ਕਿ ਹੋ ਜੇ ਉਹਦੇ ਬੈਂਕ ਚ ਕੀ ਪਿਆ ਵਾ ਜੇ ਇਹਨਾਂ ਚੀਜ਼ਾਂ ਤੋਂ ਮੁੰਡੇ ਨੂੰ ਜੱਜ ਕੀਤਾ ਜਾਂਦਾ ਵਾ ਕੁੜੀਆਂ ਨੂੰ ਸਿਰਫ ਬਿਊਟੀ ਤੋਂ ਜੱਜ ਕੀਤਾ ਜਾਂਦਾ ਵਾ ਕੁੜੀ 10 ਚੋਂ 6 ਆ ਤੇ ਮੁੰਡਾ 10 ਚੋਂ 9 ਆ ਉਹ 6 ਕੁੜੀ ਨੇ ਕਹਿਣਾ ਕਿ ਮੈਨੂੰ ਜਿਹੜਾ ਮੁੰਡਾ 10 ਚੋਂ 9 ਆ ਉਹ ਮਿਲੇ ਹੁਣ ਹਰ ਇੱਕ ਨੇ ਆਪਣੇ ਲੈਵਲ ਦਾ ਮੇਟ ਲੱਭਣਾ ਆ ਸੋ ਜਿਹੜਾ ਉਹ ਮੁੰਡਾ ਆ ਜੇ ਉਹ 9 ਆ ਉਹਨੇ ਕੋਸ਼ਿਸ਼ ਕਰਨੀ ਉਹਨੂੰ 8 9 ਜਾਂ 10 ਮਿਲੇ ਉਹ ਜਿਹੜੀ ਕੁੜੀ 6 ਦੇ ਬੈਠੀ ਹੋਈ ਆ ਉਹਨੇ ਫਿਰ ਉਸ ਇਨਸਾਨ ਕਹਿ ਦੇਣਾ ਕਿ ਇਹ ਟਾਕਸਿਕ ਆ ਤੇ ਜਿਹੜੇ ਉਹ ਤੋਂ ਥੱਲੇ ਉਹ ਸਿੰਪਵਾ ਫਿਰ ਅੱਜਕੱਲ ਡੇਟਿੰਗ ਲਾਈਫ ਜਿਹੜੀ ਜਿਹੜੀ ਗੇਮ ਹੈ ਸਾਰੀ ਇੰਨੀ ਹਾਰਡ ਹੋਈ ਪਈ ਆ ਇੱਕ ਜਿਹੜਾ ਐਵਰੇਜ ਇਨਸਾਨ ਆ ਉਹਦੇ ਵਾਸਤੇ ਕਿਉਂਕਿ 80% ਜਿਹੜੀਆਂ ਕੁੜੀਆਂ ਉਹ ਚਾਹੁੰਦੀਆਂ ਕਿ ਸਾਨੂੰ ਜਿਹੜਾ ਟਾਪ 20% ਬੰਦੇ ਆ ਉਹ ਮਿਲਣ ਪਰ ਜਿਹੜੇ ਟਾਪ 20% ਬੰਦੇ ਆ ਜਿਹੜੇ ਮੈਸਕੁਲਿਨ ਬੰਦੇ ਆ ਜਿਨ੍ਹਾਂ ਨੇ ਆਪਣੀ ਲਾਈਫ 'ਚ ਕੁਝ ਕੀਤਾ ਹੋਇਆ ਵਾ ਜਿਨ੍ਹਾਂ ਦੀ ਲਾਈਫ ਸੋਰਟਡ ਆ ਹਨਾ ਫਿਜ਼ਿਕਲੀ ਵੀ ਉਹਨਾਂ ਨੇ ਆਪਣੀ ਕੇਅਰ ਕੀਤੀ ਹੋਈ ਆ ਉਹਨਾਂ ਦੀ ਫਿਜ਼ੀਕ ਵਧੀਆ ਵਾ ਉਹਨਾਂ ਕੋ ਇੰਨੇ ਆਪਸ਼ਨ ਆ ਉਹ ਜਿਹੜੀ ਦਾਹ ਚੋ ਛੇ ਆ ਉਹਨੂੰ ਕਿਉਂ ਚੂਜ਼ ਕਰਨਗੇ ਉਹਨ ਵੱਲ ਦਾ 파ਟਨਰ ਲੱਭਣਾ ਪਰ ਇਹਦੇ ਬਾਰੇ ਆਪਾਂ ਹੋਰ ਕਦੇ ਦਿਨ ਗੱਲ ਕਰਾਂਗੇ ਅੱਜ ਆਪਾਂ ਸਿਰਫ ਮੈਸਕੁਲਿਨਿਟੀ ਦੀ ਗੱਲ ਕਰਨੀ ਆ ਸੋ ਜਿਹੜਾ ਟੈਸਟੋਸਟਰੋਨ ਲੈਵਲ ਆ ਕਿਸੇ ਇਨਸਾਨ ਦੇ ਵਿੱਚ ਘਟਿਆ ਉਹਦੀ ਕੰਪੇਟਿਟਿਵਨੈਸ ਉੱਚ ਗੁੱਸਾ ਹਨਾ ਉੱਚ ਕੁਝ ਕਰਨ ਦੀ ਚਾਹਤ ਇਹ ਚੀਜ਼ਾਂ ਇੰਨੀਆਂ ਅੱਗ ਵਾਂਗੂੰ ਪੱਖੀਆਂ ਨਹੀਂ ਰਹਿੰਦੀਆਂ ਹਰ ਵੇਲੇ ਪਰ ਪ੍ਰੋਬਲਮ ਇਹਦੇ ਵਿੱਚ ਕੀ ਹੈ ਕਿ ਜੇ ਇੱਕ ਮੁੰਡਾ ਜਿਹੜਾ 21-22 ਸਾਲਾਂ ਦਾ ਵਾ ਜੇ ਉਹਦੇ ਆਲਰੇਡੀ ਟੈਸਟ ਲੈਵਲ ਇੰਨੇ ਡਾਊਨ ਆ ਤੇ ਉਹਦੇ ਵਿੱਚ ਡਰਾਈਵ ਕਿਥੋਂ ਨਹੀਂ ਕੁਝ ਕਰਨ ਦੀ ਉਤੋਂ ਨੂੰ ਇਹ ਫੀਡ ਕੀਤਾ ਜਾ ਰਿਹਾ ਵਾ ਕਿ ਮੈਸਕੁਲਿਨ ਹੋਣਾ ਇੱਕ ਆਲਮੋਸਟ ਸਿਨ ਹੈ ਜਾਂ ਇੱਕ ਮਿਸਟੇਕ ਹੈ ਜਾਂ ਗਲਤੀ ਹੈ ਜਾਂ ਇੱਕ ਵਧੀਆ ਚੀਜ਼ ਨਹੀਂ ਹੈ ਕਿ ਕੁੜੀਆਂ ਨੂੰ ਪਸੰਦ ਨਹੀਂ ਆ ਉਹਨੂੰ ਉਸ ਹਿਸਾਬ ਨਾਲ ਇੱਕ ਤਰ੍ਹਾਂ ਨਾਲ ਢਾਲਿਆ ਜਾ ਰਿਹਾ ਵਾ ਕਿ ਉਹ ਇੱਕ ਸੌਫਟ ਬੰਦਾ ਬਣ ਕੇ ਰਹਿ ਜਾਏ ਕਿਉਂਕਿ ਜਿੱਦਾਂ ਮੈਂ ਅੱਗੇ ਕਿਹਾ ਸੀ ਜਿਹੜੇ ਸੌਫਟ ਤੇ ਵੀਕ ਬੰਦੇ ਆ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਵਾ ਆਰਗੇਨਾਈਜੇਸ਼ਨਸ ਵਾਸਤੇ ਜਿੱਦਾਂ ਵੀ ਹੁਣ ਏਜੰਡਾ ਇਸ ਵੇਲੇ ਚੱਲ ਰਿਹਾ ਵਾ ਇੱਕ ਜਿਹੜਾ ਮੈਸਕੁਲਿਨ ਬੰਦਾ ਵਾ ਹੁਣ ਆਪਣੇ ਆਲੇ ਦੁਆਲੇ ਆਪਾਂ ਐਗਜ਼ਾਮਪਲ ਲੈ ਲਈ ਨੂੰ ਲੋੜ ਆ ਕਿ ਨਹੀਂ ਲੋੜ ਹੁਣ ਜਿਹੜੀਆਂ ਕੋਲ ਮਾਈਨਸ ਆ ਉਥੇ ਕਿੰਨੇ ਕੁ ਮੁੰਡੇ ਕੰਮ ਕਰਦੇ ਤੇ ਕਿੰਨੀਆਂ ਕੁੜੀਆਂ ਕੰਮ ਕਰਦੀਆਂ ਵਾ ਰੇਲਿੰਗ ਜਿਹੜੀ ਆ ਹਨਾ ਲਾਈਨਾਂ ਵਛੋਂਦੇ ਉਥੇ ਕਿੰਨੀਆਂ ਕੁੜੀਆਂ ਕੰਮ ਕਰਦੀਆਂ ਕਿੰਨੇ ਮੁੰਡੇ ਕੰਮ ਕਰਦੇ ਆ ਤੁਹਾਡਾ ਇੰਟਰਨੈਟ ਲਾ ਕੇ ਜਾਂਦੇ ਆ ਤਾਰਾਂ ਪਾਉਂਦੇ ਫਾਈਬਰ ਦੀਆਂ ਉਥੇ ਤੁਸੀਂ ਕਿੰਨੀਆਂ ਕੁੜੀਆਂ ਨੂੰ ਮਿਲਿਆ ਜੇ ਸੋ ਹਰ ਇੱਕ ਇਨਸਾਨ ਦੇ ਰੋਲ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕੁੜੀਆਂ ਦੀ ਨਹੀਂ ਲੋੜ ਆ ਆਫ ਕੋਸ ਸਾਨੂੰ ਫੀਮੇਲਸ ਦੀ ਲੋੜ ਆ 50 50 ਆ ਪਰ ਆਪਾਂ ਨੂੰ ਆਪਣੇ ਰੋਲ ਏਕਨੋਲਜ ਕਰਨੇ ਪੈਣੇ ਆ ਕੁੜੀਆਂ ਜਿਹੜੀਆਂ ਨਰਸਿੰਗ ਫੀਲਡ ਦੇ ਵਿੱਚ ਕੁੜੀਆਂ ਜਾਂਦੀਆਂ ਵਾ ਹਨਾ ਇਹ ਉਨਾਂ ਲਈ ਵਧੀਆ ਗੱਲ ਆ ਕਿਉਂਕਿ ਉਹਨਾਂ ਦਾ ਨੇਚਰ ਆ ਜਿਹੜਾ ਨਰਚਰਿੰਗ ਤੇ ਕੇਅਰਿੰਗ ਆ ਉਹਨਾਂ ਲਈ ਉਹ ਜੌਬ ਉਹਨਾਂ ਨੂੰ ਪਸੰਦ ਆਉ ਤਾਂ ਕਰਦੀਆਂ ਇਹ ਥੋੜੀ ਆ ਕਿ ਹੁਣ ਮੁੰਡੇ ਵੀ ਹੈਗੇ ਨਰਸਿੰਗ ਦੇ ਵਿੱਚ ਪਰ ਕਿੰਨੇ ਕੁ ਵੇਖੇ ਤੁਸੀਂ ਮੁੰਡੇ ਜਿਹੜੇ ਨਰਸਿੰਗ ਕਰਨਦੇ ਆ ਤੇ ਕੁੜੀਆਂ ਉਹਦੇ ਮੁਕਾਬਲੇ ਚ ਕਿੰਨੀਆਂ ਆ ਜੇ ਆਪਾਂ ਮੈਸਕੁਲਿਨਿਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਫਿਰ ਕਹਿ ਲਓ ਕਿ ਜਿਹੜਾ ਜਿਹੜਾ ਪੂਰੀ ਦੁਨੀਆ ਦਾ ਬੈਲੈਂਸ ਆ ਉਹ ਖਰਾਬ ਹੋਣਾ ਹੀ ਆ ਮੈਸਕੁਲਿਨਿਟੀ ਨੂੰ ਬੁਰਾ ਕਿਹਾ ਜਾ ਰਿਹਾ ਵਾ ਕਿਉਂਕਿ ਸਾਰਾ ਕੁਝ ਆਪਣੇ ਆਲੇ ਦੁਆਲੇ ਬਣ ਚੁੱਕਾ ਵਾ ਪਰ ਹੁਣ ਜੇ ਮੁੰਡੇ ਸਾਰੇ ਨੌ ਪਾਲਸਣ ਲਾ ਕੇ ਘਰੇ ਬਹਿ ਜਾਣ ਲੰਮੇ ਲੰਬੇ ਵਾਲ ਰੱਖ ਲੈਣ ਆਪਾਂ ਨੂੰ ਸੋਚਣ ਦੀ ਲੋੜ ਐ ਐਜ਼ ਅ ਐਜ਼ ਅ ਮੈਨ ਮੁੰਡੇ ਹੋਣ ਦੇ ਨਾਤੇ ਕੀ ਜੋ ਆਪਾਂ ਜ਼ਿੰਦਗੀ ਦੇ ਵਿੱਚ ਕਰ ਰਹੇ ਆ ਉਹ ਇੱਕ ਸਹੀ ਰਾਹ ਵਾ ਕੀ ਉਹ ਆਪਾਂ ਉਹ ਕਰ ਰਹੇ ਆ ਜੋਾਨੂੰ ਖਾਇਆ ਜਾ ਰਿਹਾ ਜੋ ਹਨ ਖਾਇਆ ਜਾ ਰਿਹਾ ਵਾ ਦੂਜੀ ਗੱਲ ਮੈਂ ਕਹਿਣਾ ਚਾਹੂੰਗਾ ਖਬਰਾਂ ਮੁੰਡਿਆਂ ਨੂੰ ਇਹੋ ਰਿਕਵੈਸਟ ਆ ਬ੍ਰੋ ਜਿਹੜੀਆਂ ਖਬਰਾਂ ਵਾ ਨਿਊਜ਼ ਆ ਏ ਵੇਖਣਾ ਬੰਦ ਕਰ ਦਿਓ ਕਿਉਂਕਿ ਇਹ ਸਾਰਾ ਕੁਝ ਕੰਟਰੋਲਡ ਆ ਤੁਹਾਨੂੰ ਉਹੋ ਵਿਖਾਇਆ ਜਾ ਰਿਹਾ ਵਾ ਜੋ ਉਹ ਵਿਖਾਉਣਾ ਚਾਹੁੰਦੇ ਆ ਹਨ ਤੁਹਾਨੂੰ ਹੀ ਪਤਾ ਉਹ ਕੌਣ ਆ ਮੈਨੂੰ ਵੀ ਪਤਾ ਉਹ ਕੌਣ ਆ ਸੋ ਆਪਣਾ ਫੋਕਸ ਜਿਹੜਾ ਉਹ ਡਿਵੀਏਟ ਨਾ ਹੋਣ ਦਿਆ ਕਰੋ ਜੇ ਆਪਣੀ ਲਾਈਫ ਚ ਤੋਂ ਹੀ ਕੁਝ ਕਰਨਾ ਵਾ ਤੁਹਾਨੂੰ ਆਪਣੇ ਆਪ ਤੇ ਸੈਲਫਿਸ਼ ਹੋ ਕੇ ਕੰਮ ਕਰਨਾ ਪੈਣਾ ਵਾ ਰਹੀ ਗੱਲ ਖਬਰਾਂ ਦੀ ਨਿਊਜ਼ ਦੀ ਜੋ ਵੀ ਤੁਸੀਂ ਇੰਟਰਨੈਟ ਤੇ ਵੇਂਦੇ ਜੇ ਉਹ ਸਾਰੀ ਇਨਫੋਰਮੇਸ਼ਨ ਕੰਟਰੋਲਡ ਆ ਬ੍ਰੋ ਜੇ ਕੋਈ ਇਨਸਾਨ ਬੰਦਿਆਂ ਦੇ ਹੱਕ ਚ ਬੋਲਦਾ ਵਾ ਜੇ ਕੋਈ ਇਨਸਾਨ ਮੈਸਕੁਲਿਨਿਟੀ ਦੇ ਹੱਕ ਚ ਬੋਲਦਾ ਵਾ ਉਹਨੂੰ ਕੈਨਸਲ ਾਕੀ ਤੂੰ ਰੂਲ ਨਹੀਂ ਫੋਲੋ ਕਰੰਡਿਆ ਸਾਡੀ ਪੋਲਿਸੀ ਨਹੀਂ ਫੋਲੋ ਕਰੰਡਿਆ ਹੁਣ ਤੂੰ ਜਾਰਡਨ ਪੀਟਰਸਨ ਨੂੰ ਤੇ ਸਾਰੇ ਜਾਣਦੇ ਜੇ ਉਹ ਐਡਾ ਵੱਡਾ ਸਾਈਕੋਲੋਜਿਸਟ ਆ ਉਹਨੂੰ ਸਿਖਾਇਆ ਜਾ ਰਿਹਾ ਕਿ ਸੋਸ਼ਲ ਮੀਡੀਆ ਕਿੱਦਾਂ ਯੂਜ਼ ਕਰਨਾ ਨਹੀਂ ਤੇ ਤੇਰਾ ਟਵਿੱਟਰ ਅਕਾਊਂਟ ਬੈਨ ਕਰ ਦੇਣਾ ਆਪਾਂ ਸੋ ਇਹੋ ਜਿਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਬਥੇਰੀਆਂ ਹੁੰਦੀਆਂ ਰਹਿੰਦੀਆਂ ਦੁਨੀਆ ਦੇ ਵਿੱਚ ਭਾੜ ਤੁਹਾਡਾ ਰੋਲ ਐਜ਼ ਅ ਮੈਨ ਆ ਕਿ ਤੁਸੀਂ ਆਪਣੀ ਜਿਹੜੀ ਪੀੜ੍ਹੀ ਆ ਹਨਾ ਉਹਨੂੰ ਅੱਗੇ ਵਧਾ ਸਕੋ ਤੇ ਉਹਨਾਂ ਨੂੰ ਵੱਧ ਤੋਂ ਵਧੀਆ ਲਾਈਫ ਦੇ ਸਕੋ ਤੇ ਉਹ ਕਿਦਾਂ ਪੋਸੀਬਲ ਹੋਣੀ ਹੈ ਜਦੋਂ ਤੁਸੀਂ ਮਾਸਕੁਲਿਨ ਫਰੇਮ ਦੇ ਵਿੱਚ ਰਹੇ ਆਪਣੇ ਜਦੋਂ ਜੇ ਤੁਸੀਂ ਵੀਕ ਲੈਵਲ ਵਿੱਚ ਵੰਗੂ ਵਾਂਚੋ ਕਦੇ ਇਹਦੀ ਗੱਲ ਸੁਣਨੀ ਕਦੀ ਉਹਦੀ ਗੱਲ ਸੁਣਨੀ ਕਦੀ ਉਹ ਕੋ ਰੋਪੇ ਕਦੀ ਉਹ ਕੋ ਰੋਪੇ ਗੱਲ ਦੱਸੋ ਆਪਣੀ ਸਟੋਰੀ ਦੱਸੋ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਨਾਲ-ਨਾਲ ਅਥਰੂ ਵੀ ਸੁੱਟਣ ਦੀ ਲੋੜ ਹੈ ਜਾਂ ਇੱਕ ਐਸੇ ਮੂਡ 'ਚ ਜਾਣ ਦੀ ਲੋੜ ਹੈ ਜਿੱਥੇ ਅਗਲੇ ਬੰਦੇ ਨੂੰ ਲੱਗੇ ਤੇ ਵਨਰਬਲ ਹੀ ਬੜਾ ਹੋਏ ਤੇ ਹਰ ਥਾਂ ਆਪਣੀ ਜਿਹੜੀ ਕਹਾਣੀ ਹੈ ਸੁੱਟ ਦਿੰਦਾ ਤੀਜਾ ਟੌਪਿਕ ਇਹੋ ਹੀ ਆ ਇਹਦੇ ਬਾਰੇ ਗੱਲ ਕਰਨੀ ਮੈਂ ਕੀ ਜਿਹੜੇ ਆਪਣੇ ਇਮੋ ਤਾਨੂੰ ਚੈੱਕ ਚ ਰੱਖਨੇ ਪੈਣੇ ਆ ਐਜ਼ ਅ ਮੈਸਕੁਲਿਨ ਮੈਨ ਹਨ ਜਿਹੜੇ ਆਪਣੇ ਇਮੋਸ਼ਨਸ ਆ ਪੰਚ ਚੈੱਕ ਚ ਰੱਖਨੇ ਪੈਣੇ ਆ ਸਿੱਧੀ ਜੀ ਗੱਲ ਆ ਕੁੜੀਆਂ ਜਿਹੜੀਆਂ ਉਹ ਜ਼ਿਆਦਾ ਇਮੋਸ਼ਨਲ ਹੁੰਦੀਆਂ ਮੁੰਡਿਆਂ ਤੋਂ ਜਿਹੜੇ ਉਹਨਾਂ ਦੀ ਡਿਸੀਜਨ 메ਕਿੰਗ ਆ ਉਹ ਇਮੋਸ਼ਨਲ ਕੈਲੋਗੀ ਸਟੇਟ ਚ ਹੁੰਦੀ ਆ ਮੁੰਡਿਆਂ ਦੀ ਮੋ ਕੈਲੋਗੀ ਲੋਜੀਕਲ ਸਾਈਡ ਤੋਂ ਹੁੰਦੀ ਏ ਜਿਹੜੀ ਡਿਸੀਜਨ ਮੇਕਿੰਗ ਹੈ ਜਦੋਂ ਆਪਾਂ ਫੈਸਲੇ ਲੈਣੇ ਆ ਭਾੜ ਜੇ ਆਪਾਂ ਵੀ ਕੁੜੀਆਂ ਵਾਂਗੂ ਇਮੋਸ਼ਨਲ ਹੋ ਕੇ ਚੱਲਣਾ ਵਾ ਕਿ ਜੇ ਸਾਡੀ ਜ਼ਿੰਦਗੀ ਚੋਂ ਵਧੀਆ ਨਹੀਂ ਚੱਲਣ ਡਿਆ ਆਪਾਂ ਉਸੇ ਵੇਲੇ ਰੋਂ ਡੈਪੀਏ ਜਾਂ ਨਿਆਣਿਆਂ ਵਾਂਗੂ ਨਾ ਲਟਣ ਡੈਪੀਏ ਥੱਲੇ ਜਾਂ ਕੋਈ ਐਸਾ ਕਦਮ ਚੁੱਕੀਏ ਜਿਸ ਦੇ ਨਾਲ ਆਪਾਂ ਆਪਣੇ ਆਪ ਨੂੰ ਹਾਮ ਕਰੀਏ ਜਾਂ ਕਿਸੇ ਹੋਰ ਇਨਸਾਨ ਨੂੰ ਜਾਂ ਕਿਸੇ ਫੀਮੇਲ ਨੂੰ ਹਾਮ ਕਰੀਏ ਉਹ ਬਾਲੀ ਮਾਸਕੁਲਨ ਗੱਲ ਨਹੀਂ ਹੈਗੀ ਉਹ ਹੁਣ ਕਈਆਂ ਬੀਬੀਆਂ ਨੂੰ ਭਾਵੇਂ ਇਸ ਗੱਲ ਦਾ ਦੁੱਖ ਲੱਗੇਗੀ ਨਹੀਂ ਨਹੀਂ ਆ ਸਲੇ ਨੇ ਨਿਆ ਪਰ ਐਕਸੈਪਸ਼ਨ ਹੋ ਸਕਦੀ ਹੈ ਇੱਕ ਅੱਧੀ ਮੁੰਡਿਆਂ ਦੀ ਗੱਲ ਤੇ ਆਪਾਂ ਜਦੀ ਮੇਰੇ ਜਿਹੜੇ ਮੇਰੇ ਭਰਾ ਮੈਨੂੰ ਛੋਟੇ ਸੁਣਦੇ ਆ ਮੈਂ ਉਹਨਾਂ ਲਈ ਗੱਲ ਕਰਨ ਨਾ ਮੈਂ ਕੁੜੀਆਂ ਲਈ ਕਰਨ ਨਾ ਮੈਂ ਵੱਡਿਆਂ ਲਈ ਗੱਲ ਕਰਨ ਉਹਨਾਂ ਲਈ ਗੱਲ ਕਰਨ ਜਿੰਨਾਂ ਲਈ ਜਿਨ੍ਹਾਂ ਨੂੰ ਇੱਕ ਡਾਇਰੈਕਸ਼ਨ ਚਾਹੀਦੀ ਹੈ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਜੋ ਹਨ ਉਹ ਖਾਇਆ ਜਾ ਰਿਹਾ ਹੈ ਜੋ ਹਨ ਸਖਾਇਆ ਜਾ ਰਿਹਾ ਉਹ ਸਹੀ ਚੀਜ਼ ਨਹੀਂ ਹੈਗੀ ਉਹ ਹੱਡੀਆਂ ਪੇੜੀਆਂ ਖਤਮ ਕਰ ਸਕਦਾ ਉਹ ਸਾਡਾ ਐਕਸੋ ਮੈਨ ਹੋਡ ਜਿਹੜੀ ਹੱਡੀ ਖਤਮ ਕਰ ਸਕਦਾ ਸਾਡੀ ਸਾਡਾ ਜਿਹੜਾ ਫਰੇਮ ਮੈਸਕੁਲਿਨ ਫਰੇਮ ਉਹ ਖਤਮ ਕਰ ਸਕਦਾ ਸੋ ਉਹਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਵਾ ਪੇਛੇ ਜਾਣਾ ਚਾਹੁੰਗਾ ਇਮੋਸ਼ਨਸ ਦੇ ਉੱਤੇ ਆਪਣੇ ਇਮੋਸ਼ਨਸ ਬੜੇ ਪਾਵਰਫੁਲ ਆ ਆਪਣੇ ਇਮੋਸ਼ਨਸ ਦੇ ਵਿੱਚ ਬਹਿ ਕੇ ਆਪਣੇ ਇਮੋਸ਼ਨਸ ਨੂੰ ਅੱਗੇ ਰੱਖ ਕੇ ਫਿਰ ਕੋਈ ਫੈਸਲਾ ਲੈਨੇ ਹੋ ਫੈਸਲਾ ਕਦੀ ਵੀ ਸਹੀ ਨਹੀਂ ਹੁੰਦਾ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਆਪਾਂ ਜਿਆਦਾ ਖੁਸ਼ ਹੋਈਏ ਜਿਆਦਾ ਦੁਖੀ ਹੋਈਏ ਉਦੋਂ ਆਪਾਂ ਨੂੰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਨਾ ਐਕਸਾਈਟਮੈਂਟ ਦੇ ਵਿੱਚ ਫੈਸਲਾ ਲੈਣਾ ਚਾਹੀਦਾ ਨਾ ਐਕਸਾਈਟਮੈਂਟ ਦੇ ਵਿੱਚ ਕੋਈ ਵਾਦਾ ਕਰਨਾ ਚਾਹੀਦਾ ਇਹ ਇਮੋਸ਼ਨਸ ਹਨਾ ਸਾਰੇ ਜਦੋਂ ਆਪਾਂ ਜਿਆਦਾ ਇਮੋਸ਼ਨਲ ਹੁੰਨੇ ਆਪਾਂ ਨੂੰ ਨਹੀਂ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਕਿਉਂਕਿ ਫੈਸਲੇ ਜਿਹੜੇ ਉਹ ਲਏ ਜਾਣੇ ਚਾਹੀਦੇ ਇੱਕ ਨਿਊਟਰਲ ਸਟੇਟ ਤੋਂ ਜਦੋਂ ਤੁਹਾਡਾ ਮਾਈਂਡ ਕ ਕਰ ਰਹੇ ਆ ਵਾ ਇਹਦਾ ਆ ਫਾਇਦਾ ਤੇਦਾ ਨੁਕਸਾਨ ਹੋ ਸਕਦਾ ਵਾ ਆਫ ਕੋਰਸ ਆਪਾਂ 100% ਕੋਈ ਵੀ ਚੀਜ਼ ਦੀ ਗਾਰੰਟੀ ਨਹੀਂ ਲਾ ਸਕਦੇ ਕਿ ਇਹਦਾ ਫਾਇਦਾ ਨੁਕਸਾਨ ਆ ਪਰ ਕਿਤਨਾ ਕਿਤੇ ਰੈਸ਼ਨਲ ਥਿੰਕਿੰਗ ਹੈ ਜਿਹੜੀ ਉਹ ਕੰਮ ਆ ਜਾਂਦੀ ਹੈ ਜਦੋਂ ਆਪਾਂ ਇੱਕ ਕਾਮ ਸਟੇਟ ਦੇ ਵਿੱਚ ਹੋਏ ਨਾ ਕਿ ਜਾਦੇ ਐਕਸਾਈਟਡ ਹੋਈਏ ਜਾਂ ਖੁਸ਼ ਹੋਈਏ ਜਾਂ ਦੁਖੀ ਹੋਈਏ ਹੁਣ ਕੀ ਹੁੰਦਾ ਵਾ ਕਿ ਜੇ ਅੱਜ ਕੱਲ ਤੁਸੀਂ ਵੇਖਿਆ ਹੋਣਾ ਇਟਸ ਓਕੇ ਹਨਾ ਓਪਨ ਅਪ ਓਪਨ ਅਪ ਤੁਹਾਨੂੰ ਮੈਂ ਲਿਖ ਕੇ ਦੇ ਦਿੰਨਾ ਹੁਣ ਜਿਹੜੇ ਬੰਦੇ ਰਿਲੇਸ਼ਨਸ਼ਿਪ ਚ ਐਸ ਵੇਲੇ ਜੇ ਤੁਹਾਨੂੰ ਲੱਗਦਾ ਵਾ ਕਿ ਜਦੋਂ ਤੁਸੀਂ ਆਪਣੀ ਸਹੇਲੀ ਨੂੰ ਕੁਝ ਦੱਸਦੇ ਨਹੀਂ ਜੇ ਤੇ ਉਹ ਤੁਹਾਨੂੰ ਕਹਿੰਦੀ ਆ ਯੂ نو ਮੈਨ ਨੂੰ ਓਪਨ ਅਪ ਹੋਇਆ ਕਰ ਮੈਨੂੰ ਮੈਨ ਤੇ ਟਰਸਟ ਕਰ ਸਕਦਾ ਮੈਂ ਨਾਲ ਗੱਲ ਕਰਿਆ ਕਰ ਹਾਂ ਉਹਦਾ ਹੱਕ ਬਣਦਾ ਵਾ ਤੁਹਾਨੂੰ ਇਹ ਗੱਲ ਕਹਿਣ ਦਾ ਪਰ ਤੁਹਾਡਾ ਵੀ ਹੱਕ ਬਣਦਾ ਹੈ ਇਹ ਚੀਜ਼ ਡਿਕਲਾਈਨ ਕਰਨ ਦਾ ਜ਼ਰੂਰੀ ਨਹੀਂ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਚੱਲ ਰਿਹਾ ਤੁਸੀਂ ਉਹਦੀ ਐਡਵਾਈਸ ਜਾਂ ਉਹਦੀ ਕਾਉਂਸਲਿੰਗ ਆਪਣੀ ਸਹੇਲੀ ਤੋਂ ਲਓ ਤੁਹਾਡੀ ਜਿਹੜੀ ਸਹੇਲੀ ਹੈ ਉਹਦੇ ਨਾਲ ਤੁਹਾਡਾ ਰੋਮਾਂਟਿਕ ਰਿਲੇਸ਼ਨਸ਼ਿਪ ਆ ਫਰੈਂਡਸ਼ਿਪ ਨਹੀਂ ਹੈ ਤੁਹਾਡੀ ਇਹੋ ਜਿਹੀਆਂ ਚੀਜ਼ਾਂ ਤੁਸੀਂ ਡਿਸਕਸ ਕਰੋ ਆਪਣੇ ਸੱਜਣ ਮਿੱਤਰ ਨਾਲ ਆਪਣੇ ਦੋਸਤ ਨਾਲ ਜਿਹਦੇ ਨਾਲ ਤੁਹਾਡੀ ਆਫ ਕੋਰਸ ਰੋਮਾਂਟਿਕ ਬੌਂਡਿੰਗ ਨਹੀਂ ਹੈ ਜਿਹਦੇ ਜਿਹੜੇ ਇਨਸਾਨ ਨਾਲ ਤੁਹਾਡੀ ਰੋਮਾਂਟਿਕ ਬੌਂਡਿੰਗ ਆ ਤੁਸੀਂ ਉਹਦੇ ਸਾਹਮਣੇ ਆਪਣੇ ਆਪ ਨੂੰ ਵੀਕ ਸ਼ੋਅ ਕੰਡੇ ਜੇ ਵਨਰੇਬਲ ਸ਼ੋਅ ਕੰਡੇ ਜੇ ਹੁਣ ਵੇਖਿਓ ਬੜੇ ਜਾਣੇ ਨੇ ਕਹਿਣਾ ਹੋਊਗੀ ਨਹੀਂ ਨਹੀਂ ਇਟਸ ਓਕੇ ਮੈਂ ਤੇ ਆਪਣੇ ਪਾਰਟਨਰ ਨਾਲ ਜਾਂ ਆਪਣੇ ਬੋਏਫ੍ਰੈਂਡ ਨਾਲ ਜਾਂ ਹਸਬੈਂਡ ਨਾਲ ਹਨਾ ਸ ਦੀ ਉਹ ਵੀ ਮੈਂ ਨਾ ਸਾਰੀ ਗੱਲ ਕਰਦਾ ਹਾਂ ਹਾਂ ਇਟਸ ਓਕੇ ਕਰੋ ਕਰੋ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇ ਇਹ ਚੀਜ਼ ਅਨਫੋਲਡ ਹੋਣ ਈਏ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਰੋਮਾਂਟਿਕ ਜਿਹੜੀ ਸਾਈਡ ਆ ਨਾ ਉਹ ਕਹ ਲਓ ਤੁਸੀਂ ਕਿਲ ਕੰਡੇ ਜੇ ਜਦੋਂ ਆਪਣੇ ਆਪ ਨੂੰ ਆਪਣੇ ਆਪਣੇ ਪਾਰਟਨਰ ਮੂਰੇ ਵੀਕ ਤੇ ਵੰਡਰਬਲ ਸ਼ੋਅ ਕਰਦੇ ਜੇ ਕਿਉਂਕਿ ਕੋਈ ਵੀ ਫੀਮੇਲ ਨਹੀਂ ਚਾਹੁੰਦੀ ਮੇਰਾ ਹਸਬੈਂਡ ਮੇਰਾ ਪਾਰਟਨਰ ਬੋਏਫ੍ਰੈਂਡ ਵੀਕ ਹੋਵੇ ਜਾਂ ਬੜਾ ਇਮੋਸ਼ਨਲ ਹੋਵੇ ਹਾਂ ਇਮੋਸ਼ਨਲ ਹੋਵੇ ਨਹੀਂ ਮੈਂ ਕਹਿੰਨਾ ਕਿ ਕਾਂਦੀ ਬਣ ਜਾਓ ਤੇ ਨਾ ਹਸੋ ਨਾ ਕੋਈ ਹੋਰ ਗੱਲ ਕਰੋ ਹਨਾ ਪਰ ਜੇ ਤੁਹਾਡੀ ਜ਼ਿੰਦਗੀ 'ਚ ਕੁਝ ਟਰੋਮਾ ਆਇਆ ਹੋਆ ਜਾਂ ਕੋਈ ਪ੍ਰੋਬਲਮ ਚੱਲ ਰਹੀ ਆ ਉਹਦਾ ਸੋਲੂਸ਼ਨ ਆਪਣੀ ਪਾਰਟਨਰ ਕੋ ਆਪਣੀ ਸਹੇਲੀ ਕੋ ਨਾਲ ਲੱਭੋ ਆ ਕੇ ਉਹਦਾ ਸੋਲੂਸ਼ਨ ਉਸ ਬੰਦੇ ਕੋ ਲੱਭੋ ਜਿਹੜਾ ਉਸ ਸਿਚੁਏਸ਼ਨ ਥਾਣੀ ਲੰਘ ਚੁੱਕਾ ਵਾ ਜਾਂ ਆਪਣੇ ਸੱਜਣ ਮਿੱਤਰ ਨਾਲ ਗੱਲ ਕਰੋ ਜਿਹਦੇ ਕੋਲ ਜਿਹਦੇ ਨਾਲ ਤੁਹਾਡਾ ਰੋਮਾਂਟਿਕ ਰਿਲੇਸ਼ਨਸ਼ਿਪ ਨਹੀਂ ਹੈਗਾ ਆਫ ਕੋਰਸ ਹਨਾ ਮੁੰਡਿਆਂ ਨਾਲ ਮੁੰਡਿਆਂ ਦੀ ਮੁੰਡਿਆਂ ਨਾਲ ਗੱਲ ਵੱਖਰੀ ਹੈ ਜੇ ਤੁਸੀਂ ਆਪਣੇ ਪਾਰਟਨਰ ਨਾਲ ਆਪਣੀ ਸਹੇਲੀ ਨਾਲ ਇਹ ਗੱਲਾਂ ਕਰਦੇ ਜੇ ਬਾਅਦ ਚ ਤਿੰਨਾਂ ਚਾਰ ਮਹੀਨੇ ਬਾਅਦ ਕਹਿੰਦੇ ਜੇ ਕਿ ਸਾਡੇ ਚ ਹੁਣ ਫਿਜ਼ੀਕਲੀ ਅਟਰੈਕਸ਼ਨ ਨਹੀਂ ਰਹਿ ਗਈ ਇਹਦਾ ਰੀਜ਼ਨ ਫਿਰ ਇਹੋ ਹੀ ਹੈ ਕਿ ਤੁਸੀਂ ਜ਼ਿਆਦਾ ਓਪਨ ਅਪ ਹੋ ਗਏ ਜਿਆਦਾ ਜਿਆਦਾ ਤੁਸੀਂ ਉਹਦੇ ਨਾਲ

ਦੇ ਲੋਗ ਗੱਲਾਂ ਕਰ ਲੀਆਂ ਕਿਉਂਕਿ bro ਮੈਸਕੁਲਿਨ ਵੀ ਬੜੀ ਜ਼ਰੂਰੀ ਆ ਘਰ ਦਾ ਮੋਡ ਜੇ ਜੇ ਤੁਸੀਂ ਮੈਸਕੁਲਿਨ ਰਹਿਣਾ ਚਾਹੁੰਦੇ ਜੇ ਆਪਣੀ ਮੈਸਕੁਲਿਨਿਟੀ ਮੇਨਟੇਨ ਰੱਖਣਾ ਚਾਹੁੰਦੇ ਜੇ ਫਿਰ ਤੁਹਾਨੂੰ ਇਹ ਵੀ ਸ਼ੋਅ ਕਰਨਾ ਪੈਣਾ ਕਿ ਤੁਸੀਂ ਲੀਡਰ ਹਾਂ ਪਰ ਇਹ ਚੀਜ਼ਾਂ ਫੇਕ ਵੀ ਨਹੀਂ ਕਰ ਸਕਦੇ ਆਪਾਂ ਐਂ ਨਾ ਸੋਚੋ ਕਿ ਮੈਂ ਕੰਦ ਬਣ ਕੇ ਖਲੋ ਜਾ ਕਿਉਂਕਿ ਮੈਂ ਮੈਸਕੁਲਰ ਨਾ ਇਹ ਚੀਜ਼ਾਂ ਤੁਹਾਡੇ ਅੰਦਰੋਂ ਆਉਣੀਆਂ ਚਾਹੀਦੀਆਂ ਨੇਚਰਲ ਹੋਣੀਆਂ ਚਾਹੀਦੀਆਂ ਚੀਜ਼ਾਂ ਮੈਂ ਨਾ ਜਿਹੜੇ ਉਹ ਨੇਚਰਲੀ ਜਿਹੜਾ ਲੀਡਰਸ਼ਿਪ ਦਾ ਸਕਿੱਲ ਆ ਉਹਨਾਂ ਦੇ ਵਿੱਚ ਹੈਗਾ ਵਾ ਇਹ ਨਹੀਂ ਕਿ ਹਰ ਇੱਕ ਇਨਸਾਨ ਨੇ ਉਹਨੂੰ ਤਰਾਸ਼ ਤਾਨੂੰ ਇਦਾਂ ਹੀ ਪਤਾ ਲੱਗ ਜਾਂਦਾ ਹੁਣ ਜਿਹੜਾ ਬੰਦਾ ਮੈਸਕੂਲਨ ਆ ਹਨਾ ਉਹ ਜਦੋਂ ਕਮਰੇ ਚ ਵੜਦਾ ਵਾ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਉਹਦੀ ਪ੍ਰੈਜ਼ੈਂਸ ਜਿਹੜੀ ਉਹ ਫੀਲ ਕੀਤੀ ਜਾਂਦੀ ਆ ਪਰ ਜੇ ਤੁਹਾਡੇ ਮੈਨਬੂਬਜ਼ ਆ ਤੁਹਾਡੇ ਬੋਡੀ ਫੈਟ 28% ਆ 30% ਆ ਹਨਾ ਪਤਾ ਨਹੀਂ ਲੱਗਣ ਡਿਆ ਪੌੜੀਆਂ ਚੜ੍ਹਦੇ ਆ ਤੁਹਾਨੂੰ ਪਸੀਨਾ ਆਉਣ ਡਿਆ ਵਾ ਹੁਣ ਉਹ ਤੋਂ ਹੀ ਮੈਨੂੰ ਆਪ ਦੱਸੋ ਕਿੰਨੀ ਗੱਲ ਲੱਗਦੀ ਹੈ ਕਿ ਇਹ ਬੰਦਾ ਮੈਸਕੂਲਨ ਹੈ ਤੇ ਹਾਂ ਕੱਲਾ ਵਧੀਆ ਸ਼ਰੀਰ ਹੋਣਾ ਹੀ ਕੱਲਾ ਫਿਜ਼ੀਕਲ ਪ੍ਰੈਜ਼ੈਂਸ ਹੋਣੀ ਹੀ ਨਹੀਂ ਜਿਹੜਾ ਸ਼ਰੀਰ ਆ ਉਹ ਹੀ ਸੋਹਣਾ ਹੋਵੇ ਉਹ ਹੀ ਤੁਸੀਂ ਸੰਭਾਲਿਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੜੇ ਮੈਸਕੂਲਨ ਜਾਉਂਦੀਆਂ ਹੋਣਗੀ ਤੁਸੀਂ ਪ੍ਰੋਟੈਕਟ ਤੇ ਪ੍ਰੋਵਾਈਡ ਕਰਦੇ ਜੇ ਆਪਣੀ ਆਪਣੀ ਫੈਮਿਲੀ ਨੂੰ ਆਪਣੇ ਨਿਆਣਿਆਂ ਨੂੰ ਜੇ ਤੁਹਾਡੇ ਜੰਨੀਆਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਫੀਮੇਲਸ ਆ ਤੁਹਾਡੀ ਮਾਂ ਆ ਤੁਹਾਡੀ ਭੈਣ ਆ ਤੁਹਾਡੀ ਪਾਰਟਨਰ ਆ ਹਨਾ ਉਹਨਾਂ ਨੂੰ ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਤੁਸੀਂ ਪ੍ਰੋਟੈਕਟ ਤੇ ਪ੍ਰੋਵਾਈਡ ਕਰੋ ਕੱਲਾ ਇਹੋ ਚੀਜ਼ ਨਹੀਂ ਕਿ ਫਾਈਨੈਂਸ਼ਲੀ ਉਹਨਾਂ ਲਈ ਬੀ ਦੇ ਅਰ ਜਦੋਂ ਉਹਨਾਂ ਨੂੰ ਤੁਹਾਡੀ ਲੋਡ ਆ ਇਮੋਸ਼ਨਲੀ ਵੀ ਹਨਾ ਉਹਨਾਂ ਦੇ ਉਹਨਾਂ ਲਈ ਕੰਧ ਬਣ ਕੇ ਖੜੇ ਹੋ ਉਹਨਾਂ ਮੂਰੇ ਕੰਧ ਬਣ ਕੇ ਨਾ ਖਲੋ ਕਿ ਉਹ ਕਹਿਣ ਕਿ ਇਹ ਤਕੁੰਦਾ ਬੋਲਦਾ ਨਹੀਂ ਹੋਣਾ ਇਹਨੂੰ ਕੀ ਹੋ ਗਿਆ ਹਨਾ ਸੋ ਜੇ ਤੁਸੀਂ ਚਾਹੁੰਦੇ ਆ ਆਪਣੀ ਲਾਈਫ ਦੇ ਵਿੱਚ ਚੇਂਜ ਲੈਣਾ ਸਭ ਤੋਂ ਪਹਿਲਾਂ ਦੇ ਜਿਹੜੀਆਂ ਖਬਰਾਂ ਸੁਣਦੇ ਜੋ ਬੰਦ ਕਰ ਦੋ ਸੋਸ਼ਲ ਮੀਡੀਆ ਤੇ ਆਪਾਂ ਨੂੰ ਉਹ ਹੀ ਵਿਖਾਇਆ ਜਾਂਦਾ ਵਾ ਜੋ ਆਰਗੇਨਾਈਜੇਸ਼ਨ ਸਾਨੂੰ ਫੀਡ ਕਰਨਾ ਚਾਹੁੰਦੀਆਂ ਵਾ ਜਿਹੜੀ ਇਨਫੋਰਮੇਸ਼ਨ ਉਹ ਟੈਂਪਰ ਕੀਤੀ ਜਾਂਦੀ ਆ ਤਾਂ ਕਿ ਜਿਹੜਾ ਨੈਰੇਟਿਵ ਆ ਉਹ ਵੱਜਾ ਰਵੇ ਮੈਂ ਕਦੀ ਇਹਦੇ ਬਾਰੇ ਗੱਲ ਨਹੀਂ ਕੀਤੀ ਜਦੋਂ ਸਾਰਿਆਂ ਨੇ ਵੈਕਸੀਨ ਲਵਾਈ ਹੀ ਇੰਜਰੀਜ਼ ਵੀ ਦੇ ਹੋਈਆਂ ਬੜੇ ਲੋਕਾਂ ਦੇ ਪਰ ਬਿਲਕੁਲ ਕਹਿ ਲੋ ਕਿ ਦੱਬ ਦਿੱਤੀਆਂ ਗਈਆਂ ਰਿਪੋਰਟਸ ਨਾ ਕਿਤੇ ਸੋਸ਼ਲ ਮੀਡੀਆ ਤੇ ਨਾ ਕਿਤੇ ਨਿਊਜ਼ ਦੇ ਵਿੱਚ ਬਸ ਇਹ ਹੀ ਕਿ ਹਾਂ ਵੈਕਸੀਨ ਲਵਾ ਲੋ ਵੈਕਸੀਨ ਲਵਾ ਲੋ ਮੈਂ ਪਰਸਨਲੀ ਜਾਣਦਾ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਜਿਨ੍ਹਾਂ ਦੇ ਵੈਕਸੀਨ ਦੇ ਨਾਲ ਇੰਜਰੀਜ਼ ਹੋਈਆਂ ਵਾ ਇਹ ਇਹਨਾ ਸੋਚਿਆ ਕਰੋ ਕਿ ਖਰੇ ਜੋ ਹਨ ਟੀਵੀ ਦੇ ਦੇਖਣ ਡਿਆ ਵਾ ਉਹੀ ਸੱਚ ਵਾ ਤੁਹਾਡੀ ਖੁਦ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੀ ਰਿਸਰਚ ਕਰੋ ਇਨਫੋਰਮੇਸ਼ਨ ਲੱਭੋ ਤਾਂ ਕਿ ਤੁਸੀਂ ਆਪਣਾ ਇੱਕ ਸਾਉਂਡ wise decision ਲੈ ਸਕੋ ਹਨਾ ਚਲੋ ਮੈਂ ਮੰਨਦਾ ਹਾਂ ਕਿ ਸਾਰੇ ਇੰਨੇ ਖੁਸ਼ਕਿਸਮਤ ਨਹੀਂ ਸੀ ਕਿ ਉਹਨਾਂ ਨੂੰ ਬਲੈਕਮੇਲ ਕੀਤਾ ਗਿਆ ਕਿ ਜੇ ਤੁਸੀਂ ਵੈਕਸੀਨ ਨਾ ਲਵਾਈ ਤੁਹਾਨੂੰ ਕੰਮ ਤੋਂ ਕੱਢ ਦੇਣਾ ਆ ਜਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਆ ਦੱਸੰਦੇ ਜੇ ਇਹ ਤੁਹਾਡੇ ਹੱਕ ਚ ਜਾਂ ਤੁਹਾਡੇ ਹੱਥ ਚ ਕੋਈ ਚੀਜ਼ ਹੈਗੀ ਆ ਉਹ ਯੂਟਿਲਾਈਜ਼ ਕਰੋ ਆਪਣੀ ਰਿਸਰਚ ਕਰਕੇ ਫਿਰ ਫੈਸਲਾ ਲਿਆ ਕਰੋ ਤੁਹਾਨੂੰ ਵੀ ਪਤਾ ਹੋਵੇਗਾ ਕਿ ਇਸ ਟਾਈਮ ਦੁਨੀਆ ਇੱਕ ਸ਼ੀਪ ਬਣੀ ਹੋਈ ਹੈ ਇੱਕ ਬੰਦੇ ਨੇ ਜਿਹੜਾ ਕੰਮ ਕਰ ਲਿਆ ਉਹ ਹੀ ਕਰਨਾ ਆ ਜਾਂ ਜਿੱਦਾਂ ਸਾਨੂੰ ਕਹਿ ਦਿੱਤਾ ਗਿਆ ਆਪਾਂ ਉਹ ਹੀ ਕਰਨਾ ਉਹ ਨਹੀਂ ਐਜ਼ ਅ ਮੈਨ ਤੁਹਾਡੀ ਜ਼ਿੰਮੇਵਾਰੀ ਹੈ ਤੋਹੀਂ ਸਾਰੇ ਇੱਕ ਟੌਪਿਕ ਜਿਹੜੇ ਟੌਪਿਕ ਤੁਹਾਨੂੰ ਤੁਹਾਡੀ ਲਾਈਫ ਇੰਪੈਕਟ ਕਰਨ ਲਿਆ ਵਾ ਉਹਦੀ ਰਿਸਰਚ ਤੇ ਕਰੋ ਘੱਟੋ ਘੱਟ ਕੀ ਇਹ ਚੀਜ਼ ਦਾ ਮੈਨੂੰ ਕੀ ਫਾਇਦਾ ਵਾ ਕੀ ਨੁਕਸਾਨ ਆ ਕਿਉਂ ਮੈਂ ਕਰ ਰਿਹਾ ਵਾਂ ਤੇ ਕਿਉਂ ਲੋਕਿੰਗ ਕਰ ਰਹੇ ਆ ਜਦੋਂ ਆਪਾਂ ਆ ਚੀਜ਼ ਆਪਣੇ ਮਨ ਚ ਬਿਠਾ ਲੈਨੇ ਆਂ ਕਿ ਜਦੋਂ ਆਪਾਂ ਚੀਜ਼ਾਂ ਕੁਐਸਚਨ ਕਰੰਡਾ ਪੈਂਦੇ ਆ ਨਾ ਤੁਸੀਂ ਸੋਚ ਸਕਦੇ ਆ ਕਿ ਹਾਂ ਤੁਸੀਂ ਮੈਸਕੁਲਿਨਿਟੀ ਦੀ ਰਾਹ ਤੇ ਚੱਲ ਰਹੇ ਜੇ ਪਰ ਜੇ ਤੁਹਾਨੂੰ ਕਹਿੰਨੇ ਫਲਾਣੇ ਬੰਦੇ ਨੇ ਕਿਹਾਦਾ ਨਹੀਂ ਨਹੀਂ ਤੀਜਾ ਸ਼ਾਟ ਵੀ ਲਵਾ ਲਓ ਤੁਸੀਂ ਤੀਜਾ ਸ਼ਾਟ ਵੀ ਲਵਾ ਲਿਆ ਫਿਰ ਬ్రో ਤੁਸੀਂ ਆਪਣਾ ਦਿਮਾਗ ਤੇ ਯੂਜ਼ ਹੀ ਨਹੀਂ ਕੀਤਾ ਇਹ ਟੌਪਿਕ ਮੈਸਕੁਲਿਨਿਟੀ ਦਾ ਬਹੁਤ ਵੱਡਾ ਵਾ ਕੁਝ ਗੱਲਾਂ ਸਿੱਖਣ ਨੂੰ ਮਿਲੀਆਂ ਤੇ ਮੈਨੂੰ ਜਰੂਰ ਦੱਸਿਓ ਕਮੈਂਟਸ ਦੇ ਵਿੱਚ ਹੁਣ ਮੈਂ ਅੱਗੇ ਵੀ ਦੱਸਿਆ ਹੈ ਕਿ ਕੋਸ਼ਿਸ਼ ਕਰਦਾ ਹਾਂ ਕਿ ਲੌਂਗ ਫਾਰਮ ਕੰਟੈਂਟ ਤੁਹਾਡੇ ਲਈ ਬਣਾਇਆ ਜਾਵੇ ਕਿਉਂਕਿ ਇੰਸਟਾਗ੍ਰam ਟਿਕਟੌਕ ਤੇ ਆ ਗੱਲਾਂ ਨਹੀਂ ਹੋ ਸਕਦੀਆਂ ਅੱਜ ਦਾ ਪੌਡਕਾਸਟ ਮੋਸਟਲੀ ਸਿਰਫ ਮੁੰਡਿਆਂ ਵਾਸਤੇ ਸੀਗਾ ਮੇਰੇ ਛੋਟੇ ਭਰਾਵਾ ਜਾਂ ਮੇਰੇ ਨਾਲ ਜਿਹੜੇ ਮੇਰੇ ਉਮਰ ਦੇ ਆ ਉਹਨਾਂ ਲਈ ਕੁਝ ਲਿਆਂਦਾ ਜਾਵੇ ਜਾਂ ਕੁਝ ਆਪਣਾ ਜਿਹੜਾ ਥੌਟ ਪ੍ਰੋਸੈਸ ਆ ਉਹ ਉਹਨਾਂ ਮੂਰੇ ਰੱਖਿਆ ਜਾਵੇ ਤਾਂ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਸਕਸੈਸ ਤੇ ਹੈਪੀਨੈਸ ਆ ਸਕੇ ਮਿਲਦੇ ਆ ਤੁਹਾਨੂੰ ਅਗਲੇ ਪੌਡਕਾਸਟ ਰੱਬ ਰੱਖਾ